ਦੋਸਤੋ ਜੇ ਤੁਸੀਂ ਡਰਾਈਵ ਕਰਨ ਦੇ ਸ਼ੌਕੀਨ ਹੋ ਅਤੇ ਕੋਈ ਨਈ ਗੱਡੀ ਜਾਂ ਪੁਰਾਣਾ ਵਹੀਕਲ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਗੱਡੀ ਤਾਂ ਆਪਾਂ ਨੋਰਮਲ ਖਰੀਦ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਚਲਾਨ ਨਾ ਕੱਟਿਆ ਜਾਵੇ। ਤਾਂ ਅੱਜ ਦੀ ਵੀਡੀਓ ਵਿੱਚ ਫੁੱਲ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਆਪਾਂ ਇੰਪੋਰਟੈਂਟ ਦਸਤਾਵੇਜ਼ ਕਿਹੜੇ ਨੇ, ਸਭ ਤੋਂ ਪਹਿਲਾਂ ਜੇ ਆਪਾਂ ਔਨ ਦਾ ਰੋਡ ਆਪਾਂ ਕੋਈ ਵਹੀਕਲ ਚਲਾ ਰਹੇ ਹਾਂ ਤਾਂ ਆਪਣੇ ਕੋਲ RC ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਵਹੀਕਲ ਦਾ। ਜੇ ਦੋਸਤੋ ਆਪਣੇ ਕੋਲ ਇਹ ਨਹੀਂ ਹੁੰਦਾ ਤਾਂ ਚੈਕਿੰਗ ਹੋ ਜਾਂਦੀ ਹੈ ਟ੍ਰੈਫਿਕ ਪੁਲਿਸ ਦੁਆਰਾ, ਇਸਦਾ ਚਲਾਨ ਜਿਹੜਾ 10,000 ਤੱਕ ਦਾ ਫਾਈਨ ਹੋ ਸਕਦਾ ਅਤੇ ਵਹੀਕਲ ਬੌਂਡ ਵੀ ਹੋ ਸਕਦਾ। ਅਤੇ ਨੈਕਸਟ ਗੱਲ ਕਰੀਏ ਦੋਸਤੋ, ਟੈਕਸ ਸਰਟੀਫਿਕੇਟ ਆਪਣੇ ਕੋਲ ਹੋਣਾ ਲਾਜ਼ਮੀ ਹੈ ਅਤੇ ਇਸਦਾ ਚਲਾਨ ਜਿਹੜਾ 5,000 ਰੁਪਏ ਫਾਈਨ ਭਰਨਾ ਪੈ ਸਕਦਾ ਜੇ ਤੁਹਾਡੇ ਕੋਲ ਟੈਕਸ ਸਰਟੀਫਿਕੇਟ ਨਹੀਂ ਹੈ। ਅਤੇ ਨੈਕਸਟ ਗੱਲ ਕਰੀਏ ਇੰਸ਼ੋਰੈਂਸ ਸਰਟੀਫਿਕੇਟ, ਦੋਸਤੋ ਇਸ ਰਿਲੇਟਡ ਵੀਡੀਓ ਮੈਂ ਤੁਹਾਨੂੰ ਮੇਰੇ ਚੈਨਲ 'ਤੇ ਮਿਲ ਜਾਵੇਗਾ ਆਉਣ ਵਾਲੇ 1-2 ਦਿਨਾਂ ਵਿੱਚ। ਅਤੇ ਤੁਸੀਂ ਜੇ ਨਹੀਂ ਹੈ ਤੁਹਾਡੇ ਵਹੀਕਲ ਦਾ ਤੁਸੀਂ ਬਣਾ ਸਕਦੇ ਹੋ। ਅਤੇ ਇੰਸ਼ੋਰੈਂਸ ਸਰਟੀਫਿਕੇਟ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਇਸਦਾ ਚਲਾਨ 4,000 ਰੁਪਏ ਜਿਹੜੀ ਨਹੀਂ ਡੇਟ ਲਿਸਟ ਆਈ ਹੈ ਚਲਾਨ ਦੀ, ਜਿਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਅਤੇ ਉੱਪਰ ਆਈ ਬਟਨ 'ਤੇ ਵੀ ਮਿਲ ਜਾਵੇਗਾ। ਚੈੱਕ ਕਰ ਸਕਦੇ ਹੋ ਕਿਹੜੇ ਡਾਕੂਮੈਂਟ ਜਾਂ ਕਿਹੜੇ ਰੂਲ ਤੋੜਨ ਦੇ ਨਾਲ ਕਿੰਨਾ ਚਲਾਨ ਤੁਹਾਨੂੰ ਭੁਗਤਣਾ ਪੈ ਸਕਦਾ ਹੈ। ਅਤੇ ਨੈਕਸਟ ਡਾਕੂਮੈਂਟ ਦੀ ਗੱਲ ਕਰੀਏ ਦੋਸਤੋ, ਪੋਲਿਊਸ਼ਨ ਸਰਟੀਫਿਕੇਟ, ਇਸ ਦੀ ਵੀਡੀਓ ਮੈਂ ਦੋਸਤੋ ਆਲਰੇਡੀ ਬਣਾ ਚੁੱਕਿਆ। ਜੇ ਤੁਹਾਡੇ ਵਹੀਕਲ ਦਾ ਪੋਲਿਊਸ਼ਨ ਸਰਟੀਫਿਕੇਟ ਨਹੀਂ ਬਣਾ ਤਾਂ ਮੇਰੇ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਹ ਵੀਡੀਓ ਮਿਲ ਜਾਵੇ ਜਿਸ 'ਤੇ ਕਲਿੱਕ ਕਰਕੇ ਤੁਸੀਂ ਘਰ ਬੈਠਿਆਂ ਆਰਾਮ ਨਾਲ ਜਿਹੜਾ ਪੋਲਿਊਸ਼ਨ ਸਰਟੀਫਿਕੇਟ ਆ ਉਹ ਬਣਾ ਸਕਦੇ ਹੋ। ਅਤੇ ਇਹ ਜੇ ਤੁਹਾਡੇ ਕੋਲ ਨਹੀਂ ਹੁੰਦਾ ਤਾਂ 5,000 ਰੁਪਏ ਦਾ ਚਲਾਨ ਤੁਹਾਨੂੰ ਭੁਗਤਣਾ ਪੈ ਸਕਦਾ ਦੋਸਤੋ। ਅਤੇ ਨੈਕਸਟ ਗੱਲ ਹੈ ਫਿਟਨੈਸ ਸਰਟੀਫਿਕੇਟ ਹੁੰਦਾ ਦੋਸਤੋ, ਜੇ ਕਮਰਸ਼ੀਅਲ ਵਹੀਕਲ ਤੁਸੀਂ ਚਲਾ ਰਹੇ ਹੋ ਮਤਲਬ ਕੋਈ ਵਪਾਰ ਦੇ ਰਿਲੇਟਡ ਜਾਂ ਕੋਈ ਬਿਜ਼ਨਸ ਦੇ ਰਿਲੇਟਡ ਕੋਈ ਵਹੀਕਲ ਚਲਾ ਰਹੇ ਹੋ ਤਾਂ ਤੁਹਾਡੇ ਕੋਲ ਫਿਟਨੈਸ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਅਤੇ ਇਸ ਦਾ ਫਾਈਨ ਬਣਦਾ ਹੈ। ਜੇ ਤੁਹਾਡੇ ਕੋਲ ਇਹ ਕਿਸੇ ਰੂਪ ਵਿੱਚ ਨਹੀਂ ਪਾਇਆ ਜਾਂਦਾ ਤਾਂ 10,000 ਰੁਪਏ ਦਾ ਫਾਈਨ ਤੁਹਾਨੂੰ ਭੁਗਤਣਾ ਪੈ ਸਕਦਾ ਹੈ। ਨੈਕਸਟ ਅਤੇ ਲਾਸਟ ਦੀ ਗੱਲ ਕਰੀਏ ਦੋਸਤੋ, ਡਰਾਈਵਿੰਗ ਲਾਇਸੈਂਸ, ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਬਹੁਤ ਇੰਪੋਰਟੈਂਟ ਹੈ ਡਰਾਈਵ ਕਰਨ ਵਾਸਤੇ ਅਤੇ ਇਸ ਦਾ ਚਲਾਨ ਜਿਹੜਾ 5,000 ਰੁਪਏ ਫਾਈਨ ਹੈ। ਦੋਸਤੋ ਡਰਾਈਵਿੰਗ ਲਾਇਸੈਂਸ ਰਿਲੇਟਡ ਵੀ ਮੈਂ ਵੀਡੀਓ ਬਣਾ ਚੁੱਕਿਆ ਹਾਂ ਅਤੇ ਤੁਸੀਂ ਘਰ ਬੈਠੇ ਆਰਾਮ ਨਾਲ ਡਰਾਈਵਿੰਗ ਲਾਇਸੈਂਸ ਵਾਸਤੇ ਅਪਲਾਈ ਕਰ ਸਕਦੇ ਹੋ। ਤੁਹਾਨੂੰ ਮੇਰੇ ਵੀਡੀਓ ਦੇ ਐਂਡ ਵਿੱਚ ਉਹ ਲਿੰਕ ਮਿਲ ਜਾਵੇਗਾ ਜਾਂ ਡਿਸਕ੍ਰਿਪਸ਼ਨ ਵਿੱਚ ਤੁਸੀਂ ਚੈੱਕ ਕਰਕੇ ਇੱਕ ਵਾਰ ਜ਼ਰੂਰ ਸੀਨ ਕਰ ਲਿਓ, ਕਿਉਂਕਿ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।